सत श्री अकाल जी, तुसी देख रहे हो डी फाइव चैनल पंजाबी। पंजाब सरकार ने जिहड़ा करप्शन दे अगेंस्ट खास करके भ्रष्टाचारियों नत्थ पाण ते नाल ही नशा नूं लैके अजकल जिहड़ी इक बेड़ा चुक्या होया उहदे विच इक चिट्ठी जिहड़ी है उह पंजाब सरकार वल्लों मीनस कि सीएम ऑफिस वल्लों डायरैक्टर जनरल ऑफ पुलिस डीजीपी नूं लिखी गई है। उस चिट्ठी दे विच एक्शन लैण लई कहा हैगा कुछ रिपोर्टां ते, खास करके जे इस च गल करीए ते एफ आई आर नंबर 1 जिहड़ी कि इक नंबर एफ आई आर 12 जून 2017 NDPS एक्ट ते उहदे विच जिहड़े खास करके एक्ट लाए गए सीगे 218 466 471 120 BIPC ਇਹ ਸਾਰਿਆਂ ਦੇ ਅਗੇਂਸਟ ਇੱਕ ਜਿਹੜਾ ਇੰਦਰਜੀਤ ਸਿੰਘ ਜਿਹੜੇ ਕਿ ਉਸ ਟਾਈਮ ORP ਇੰਸਪੈਕਟਰ ਆਫ ਪੁਲਿਸ ਸਟੇਸ਼ਨ ਸਪੈਸ਼ਲ ਟਾਸਕ ਫੋਰਸ SAS ਨਗਰ ਸੀਗੇ, ਉਹਨਾਂ ਤੇ ਦਰਜ ਕੀਤਾ ਗਿਆ ਸੀ ਉਹਨਾਂ ਦੇ ਅਗੇਂਸਟ। SIT ਦੀਆਂ ਰਿਪੋਰਟਾਂ ਉਹਦੇ ਵਿੱਚ ਇਹ ਦੱਸਦੀਆਂ ਨੇ ਕਿ ਰਾਜਜੀਤ ਸਿੰਘ ਜਿਹੜੇ PPS ਅਫਸਰ ਪੁਲਿਸ ਅਧਿਕਾਰੀ ਰਹਿ ਚੁੱਕੇ ਨੇ ਉਹਨਾਂ ਦਾ ਵੀ ਹੱਥ ਜਿਹੜਾ ਸੀ ਮੀਨਸ ਕਿ ਉਹਨਾਂ ਦੀ ਮਿਲੀ ਭੁਗਤ ਸੀਗੀ ਇੰਦਰਜੀਤ ਦੇ ਨਾਲ। ਹੈਂਡ ਇਨ ਗਲਵਸ ਲਿਖਿਆ ਗਿਆ ਖਾਸ ਕਰਕੇ ਇਸ ਚਿੱਠੀ ਦੇ ਵਿੱਚ, ਉਹਦਾ ਮਤਲਬ ਹੈ ਕਿ ਮਿਲੀ ਭੁਗਤ ਸੀਗੀ ਉਹਨਾਂ ਦੀ ਵੀ ਇੰਦਰਜੀਤ ਦੇ ਨਾਲ, ਜਿਸ ਦੇ ਨਾਲ ਕਿ ਜਿਹੜਾ ਕੇਸ ਦਰਜ ਕੀਤਾ ਗਿਆ, ਮਾਮਲਾ ਦਰਜ ਕੀਤਾ ਗਿਆ। ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਇਹਦੇ ਵਿੱਚ ਜਿਹੜਾ ਹੈਗਾ ਨੋਮੀਨੇਟ ਕੀਤਾ ਜਾਏ ਅਕਿਊਜ਼ ਦੇ ਤੌਰ 'ਤੇ 120B ਦੇ ਵਿੱਚ IPC ਦੀ ਜਿਹੜੀ ਇੱਕ ਐਕਟ ਹੈਗਾ ਉਸ ਦੇ ਵਿੱਚ, ਜਿਹਦੇ ਵਿੱਚ 120B ਜਿਹੜੀ ਹੁੰਦੀ ਹੈ ਉਹ ਖਾਸ ਕਰਕੇ ਕੌਨਸਪੀਰੇਸੀ ਸਾਜਿਸ਼ ਜਿਹੜਾ ਹੈਗਾ ਉਸਦਾ ਐਕਟ ਹੈਗਾ ਉਸਦੇ ਵਿੱਚ ਵੀ ਨਾਮ ਦਰਜ ਕੀਤਾ ਜਾਵੇ। ਕਹਿਣ ਦੀ ਗੱਲ ਇਹ ਹੈਗੀ ਹੈ ਕਿ ਇਹਦੇ ਵਿੱਚ ਖਾਸ ਕਰਕੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ CM ਆਫਿਸ ਦੇ ਵੱਲੋਂ DGP ਨੂੰ ਚਿੱਠੀ ਲਿਖ ਕੇ ਇਹ ਕਿਹਾ ਗਿਆ ਕਿ ਤੁਸੀਂ ਇਹਦੇ ਵਿੱਚ ਹੁਣ ਇਨਕੁਆਇਰੀ ਮਾਰਕ ਕਰੋ ਔਰ ਇਹਦੇ ਵਿੱਚ ਐਕਸ਼ਨ ਲਿੱਤਾ ਜਾਏ, ਇਸ ਦੇ ਵਿੱਚ ਇਹ ਦੇਖਿਆ ਜਾਵੇ ਕਿਸ ਤਰੀਕੇ ਦੇ ਨਾਲ ਇੰਦਰਜੀਤ ਜਿਹੜੇ ਕਿ ਉਸ ਟਾਈਮ ਸਪੈਸ਼ਲ ਟਾਸਕ ਫੋਰਸ ਦੇ ਅਧਿਕਾਰੀ ਸੀਗੇ, ਪੁਲਿਸ ਅਧਿਕਾਰੀ ਸੀਗੇ ਔਰ SAS ਨਗਰ ਮੋਹਾਲੀ ਦੇ ਵਿੱਚ ਉਹ ਇੱਥੇ ਤੈਨਾਤ ਸੀਗੇ, ਉਹਨਾਂ ਦਾ ਹੱਥ ਜਿਹੜਾ ਕਿਸ ਤਰੀਕੇ ਦੇ ਨਾਲ ਜਾਂ ਉਹ ਕਿਸ ਤਰੀਕੇ ਦੇ ਨਾਲ ਮਿਲੀ ਭੁਗਤ ਦੇ ਵਿੱਚ ਰਾਜਜੀਤ ਸਿੰਘ ਦੇ ਨਾਲ ਇਨਵੋਲਵ ਸੀਗੇ। ਇਸ ਦੇ ਵਿੱਚ ਖਾਸ ਕਰਕੇ ਉਹਨਾਂ ਨੇ 120B ਜਿਹੜਾ ਸਾਜਿਸ਼ ਦਾ ਇੱਕ ਐਕਟ ਹੁੰਦਾ ਉਹਦਾ ਜ਼ਿਕਰ ਕੀਤਾ ਹੋਇਆ। ਉਹਦੇ ਨਾਲ ਹੀ ਜਿਹੜਾ ਦੂਸਰਾ ਨੰਬਰ ਪੁਆਇੰਟ ਹੈ ਉਹਦੇ ਵਿੱਚ ਖਾਸ ਕਰਕੇ ਕਿਹਾ ਕਿ ਇੱਕ IPS ਅਧਿਕਾਰੀ ਨੂੰ ਇਸ ਇਨਵੈਸਟੀਗੇਸ਼ਨ ਨੂੰ ਕਰਨ ਦੇ ਵਿੱਚ, ਇਸ ਪੂਰੀ ਦੀ ਪੂਰੀ ਜਾਂਚ ਪੜਤਾਲ ਨੂੰ ਕਰਨ ਦੇ ਵਿੱਚ ਜਿਹੜਾ ਉਹ ਡਿਪਿਊਟ ਕੀਤਾ ਜਾਵੇ, ਲਾਇਆ ਜਾਵੇ। ਉਸਦੇ ਨਾਲ ਹੀ ਉਹਨਾਂ ਨੇ ਇਸ ਦੇ ਵਿੱਚ ਖਾਸ ਕਰਕੇ ਗੱਲ ਕਹੀ ਹੈ ਕਿ ਇਹ ਜਿਹੜਾ ਸਾਰਾ ਦਾ ਸਾਰਾ ਮਾਮਲਾ ਇਸ 'ਤੇ ਐਕਸ਼ਨ ਬਹੁਤ ਛੇਤੀ ਤੋਂ ਛੇਤੀ ਜਿਹੜਾ ਹੈ ਉਹ ਲਿੱਤਾ ਜਾਵੇ। ਔਰ ਇਹ ਤੁਹਾਨੂੰ ਦੱਸ ਦਈਏ ਕਿ ਇਹ ਸਾਰੀਆਂ ਚਿੱਠੀਆਂ ਜਿਹੜੀਆਂ ਪਹਿਲੇ ਜਿਹੜੀ ਵਿਜੀਲੈਂਸ ਨੂੰ ਚਿੱਠੀ ਲਿਖੀ ਔਰ ਹੁਣ ਜਿਹੜੀ DGP ਨੂੰ ਵੀ ਚਿੱਠੀ ਲਿਖੀ ਹੈ, ਇਹ ਦੋਨੋਂ ਚਿੱਠੀਆਂ ਖਾਸ ਕਰਕੇ ਹੋਮ ਅਫੇਅਰਸ ਵੱਲੋਂ ਮਾਰਕ ਕੀਤੀਆਂ ਗਈਆਂ, ਗ੍ਰਹਿ ਮੰਤਰਾਲੇ ਜਿਹੜਾ ਕਿ ਗ੍ਰਹਿ ਮੰਤਰਾਲੇ ਵਿਭਾਗ ਜਿਹੜਾ ਹੈ ਉਹ ਪੂਰੇ ਤਰੀਕੇ ਦੇ ਨਾਲ ਚੀਫ ਮਿਨਿਸਟਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਾ ਆਪਣਾ ਵਿਭਾਗ ਹੈਗਾ, ਉਹ ਉਸਦੇ ਮੰਤਰੀ ਨੇ, ਉਹਨਾਂ ਵੱਲੋਂ ਇਹ ਚਿੱਠੀਆਂ ਜਾਰੀ ਕੀਤੀਆਂ ਗਈਆਂ ਨੇ। ਇਸ ਕਰਕੇ ਹੁਣ ਅਸੀਂ ਕਹਿ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਲੌਂਗ ਪੈਂਡਿੰਗ ਕੇਸਿਸ ਸੀਗੇ, ਪੁਰਾਣੇ ਜਿਹੜੇ ਕੇਸਿਸ ਸੀਗੇ ਉਹਦੇ 'ਤੇ ਖਾਸ ਕਰਕੇ ਮੁੱਖ ਮੰਤਰੀ ਖੁਦ ਲੀਡ ਲੈ ਰਹੇ ਨੇ, ਮੁੱਖ ਮੰਤਰੀ ਨੇ ਖੁਦ ਇਹ ਬੇੜਾ ਚੁੱਕਿਆ ਕਿ ਭ੍ਰਿਸ਼ਟਾਚਾਰ ਅਤੇ ਨਸ਼ਾ ਨੂੰ ਲੈ ਕੇ ਜਿਹੜੇ ਵੀ ਪੈਡਲਰ ਸੀਗੇ ਜਾਂ ਜਿਹੜੇ ਕੇਸਿਸ ਸੀਗੇ ਜਾਂ ਜਿੱਥੇ ਜਿੱਥੇ ਵੀ ਕੋਈ ਅਕਿਊਜ਼ ਹੈਗਾ ਉਹਨਾਂ 'ਤੇ ਪੂਰੀ ਤਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇ ਔਰ ਖਾਸ ਕਰਕੇ ਇਸ ਸਾਰੇ ਦੇ ਸਾਰੇ ਕੇਸ ਨੂੰ, ਇਨਵੈਸਟੀਗੇਸ਼ਨ ਨੂੰ, ਜਾਂਚ ਪੜਤਾਲ ਨੂੰ, ਪੁੱਛਗਿੱਛ ਨੂੰ ਪੂਰੇ ਤਰੀਕੇ ਦੇ ਨਾਲ ਸਿਰੇ ਲਾਇਆ ਜਾਏ ਔਰ ਕਿਤੇ ਨਾ ਕਿਤੇ ਬਾਅਦ ਵਿੱਚ ਜਿਹੜਾ ਅਕਿਊਜ਼ਡ ਹੈਗੇ ਜਿਹੜੇ ਆਰੋਪੀ ਨੇ ਜਿਹੜੇ ਇਹਦੇ ਵਿੱਚ ਦੋਸ਼ੀ ਲੋਕ ਨੇ ਉਹਨਾਂ ਨੂੰ ਸਜ਼ਾ ਤੱਕ ਪਹੁੰਚਾਇਆ ਜਾਏ, ਉਹਨਾਂ ਨੂੰ ਜਿਹੜਾ ਹੈ ਅਸਲੀ ਦੋਸ਼ੀਆਂ ਨੂੰ ਸਾਹਮਣੇ ਲੈ ਕੇ ਆਇਆ ਜਾਵੇ। ਇਸ ਦੇ ਵਿੱਚ ਹੀ ਜਿਹੜਾ ਲਗਾਤਾਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹ ਤੇਜ਼ੀ ਦੇ ਨਾਲ ਐਕਸ਼ਨ ਲੈਂਦੇ ਦਿਖਾਈ ਦੇ ਰਹੇ ਨੇ, ਵਿਜੀਲੈਂਸ ਡਿਪਾਰਟਮੈਂਟ ਨੂੰ, ਡਾਇਰੈਕਟਰ ਆਫ ਵਿਜੀਲੈਂਸ ਨੂੰ ਅਤੇ ਖਾਸ ਕਰਕੇ DGP ਨੂੰ ਇਸ ਨੂੰ ਲੈ ਕੇ ਚਿੱਠੀਆਂ 2 ਲਿਖੀਆਂ ਗਈਆਂ ਨੇ। ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ
अपने लोग। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।